ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਪੰਜਾਬ ਦੇ ਰਹਿਣ ਵਾਲੇ ਬੱਚੇ ਹਾਂ। ਅਸੀਂ ਹੁਣ ਖਾਰਕੇ ਸ਼ਹਿਰ 'ਚ ਰਹਿੰਦੇ ਸੀਗੇ। ਕੱਲ੍ਹ ਸਾਨੂੰ ਖਾਰਕੇ ਬਿਲਕੁਲ ਖਾਲੀ ਕਰਨ ਲਈ ਬੋਲਿਆ ਗਿਆ, ਤਾਂ ਅਸੀਂ ਉੱਥੋਂ ਨਿਕਲ ਕੇ 8 ਕਿਲੋਮੀਟਰ ਚੱਲ ਕੇ ਅਸੀਂ ਵਗਜ਼ਾਲ ਸਟੇਸ਼ਨ ਤੱਕ ਪਹੁੰਚੇ ਟ੍ਰੇਨ ਫੜਨ ਲਈ। ਅਤੇ ਉੱਥੇ ਟ੍ਰੇਨਜ਼ 2 ਸੀਗੀਆਂ, ਪਰ ਉੱਥੇ ਯੂਕਰੇਨੀਅਨਸ ਬਿਲਕੁਲ ਅਲਾਊ ਨਹੀਂ ਕਰ ਰਹੇ ਕਿ ਅਸੀਂ ਪਹਿਲਾਂ ਚੜ੍ਹ ਜਾਈਏ। ਬਹੁਤ ਰਸ਼ ਸੀਗਾ ਉੱਥੇ, ਸ਼ੈਲਿੰਗ ਇੰਨੀ ਹੋ ਰਹੀ ਸੀ, ਬੰਬਾਰਡਿੰਗ ਇੰਨੀ ਹੋ ਰਹੀ ਸੀ। ਇਸ ਤੋਂ ਇਲਾਵਾ ਵੀ ਅਸੀਂ ਦੂਸਰੀ ਟ੍ਰੇਨ ਦਾ ਵੇਟ ਕੀਤਾ ਉੱਥੇ ਸਟੇਸ਼ਨ 'ਤੇ ਖੜ੍ਹ ਕੇ ਹੀ, ਅਤੇ ਪਰ ਹਾਲ ਬਹੁਤ ਖਰਾਬ ਸੀਗਾ। ਯੂਕਰੇਨੀਅਨਸ ਨੇ ਸਾਨੂੰ ਬਿਲਕੁਲ ਐਂਟਰ ਨਹੀਂ ਕਰਨ ਦਿੱਤਾ ਅੰਦਰ। ਯੂਕਰੇਨੀਅਨਸ ਆਪਦੇ ਹੀ ਲੋਕਾਂ ਨੂੰ ਵੀ ਐਂਟਰ ਨਹੀਂ ਕਰਨ ਦੇ ਰਹੀ, ਤਾਂ ਸਾਡੀ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਤੋਂ ਇਲਾਵਾ ਕਿ ਅਸੀਂ ਫਿਰ ਸੋਚਿਆ ਕਿ ਕਿਉਂ ਨਾ ਮੈਟਰੋ ਦੇ ਬੰਕਰਸ 'ਚ ਬਹਿ ਜਾਈਏ। ਜਦੋਂ ਅਸੀਂ ਬੰਕਰਸ 'ਚ ਬੈਠੇ ਤਾਂ ਉਸ ਟਾਈਮ ਸਾਨੂੰ ਐਡਵਾਈਸਰੀ ਲਾਂਚ ਹੋ ਗਈ ਕਿ ਇੱਥੋਂ ਖਾਰਕਿਵ, ਸਾਰੇ ਬੱਚਿਆਂ ਨੂੰ ਇਹੀ ਰਿਕੁਐਸਟ ਆ ਕਿ ਖਾਰਕਿਵ ਨੂੰ ਛੇਤੀ ਤੋਂ ਛੇਤੀ ਖਾਲੀ ਕੀਤਾ ਜਾਏ। ਉਸ ਟਾਈਮ ਸਾਨੂੰ ਕੁਛ ਨਹੀਂ ਸੁੱਝਿਆ। ਸਾਨੂੰ ਫਿਰ ਸਾਡੇ ਏਜੰਟਸ ਨੇ ਪਿਸੋਚਨ ਕਰਕੇ ਕੋਈ ਜਗ੍ਹਾ ਸੀ, ਐਮਬੈਸੀ ਨੇ ਸਾਨੂੰ ਸੁਜੈਸਟ ਕੀਤਾ ਕਿ ਉੱਥੇ ਆ ਜਾਓ, ਜਿਹੜੀ ਕਿ ਉੱਥੋਂ 15 ਕਿਲੋਮੀਟਰ ਦੂਰ ਤੋਂ ਜੋ ਸੀ। ਪਿਸੋਚਨ ਜਗ੍ਹਾ ਹੈ ਵੋ ਯਹਾਂ ਸੇ ਹਮਾਰੇ ਵਕਜ਼ਾਲ ਮੈਟਰੋ ਸਟੇਸ਼ਨ ਰੇਲਵੇ ਸਟੇਸ਼ਨ ਸੇ 15 ਕਿਲੋਮੀਟਰ ਹੈ। ਹਮ ਸਭ ਲੋਕ ਚਲ ਕੇ 15 ਕਿਲੋਮੀਟਰ ਯਹਾਂ 15 ਕਿਲੋਮੀਟਰ ਯਹਾਂ ਤੱਕ ਆਏ ਹਾਂ। ਅੰਧੇਰੇ ਮੇਂ ਹਮਾਰੀ ਇਤਨੀ ਕੋਈ ਹੈਲਪ ਨਹੀਂ ਹੋ ਪਾਈ, ਕਿਉਂਕਿ ਹਮ ਸਭ ਕੁਛ ਚੱਲਣਾ ਪੜਾ। ਸੁਬਹ ਸੇ ਹਮਨੇ ਕੁਛ ਨਹੀਂ ਖਾਇਆ ਥਾ। 3 ਦਿਨ ਹੋ ਗਿਆ, ਅਸੀਂ ਬਿਲਕੁਲ ਕੁਛ ਨਹੀਂ ਖਾਧਾ ਹੈਗਾ। ਈਵਨ ਪਾਣੀ ਵੀ ਅਸੀਂ ਬਹੁਤ ਇੱਕ ਇੱਕ ਸਿਪ ਕਰਕੇ ਪੀ ਰਿਹਾ ਤਾਂ ਕਿ ਪਾਣੀ ਵੀ ਸਟੋਰ ਕਰ ਸਕੀਏ ਅਸੀਂ। ਹੁਣ ਪ੍ਰੈਜੈਂਟਲੀ ਅਸੀਂ ਇਸ ਜਗ੍ਹਾ 'ਤੇ ਹੈਗੇ ਤਾਂ ਆਇਆ, ਬਟ ਅਸੀਂ ਆਪਣੇ ਆਪ ਨੂੰ ਸੇਫ ਨਹੀਂ ਕਾਊਂਟ ਕਰ ਸਕਦੇ, ਕਿਉਂਕਿ ਕੋਈ ਪਤਾ ਨਹੀਂ ਹੈ ਕਦੋਂ ਅਟੈਕ ਹੋ ਜਾਏ ਇੱਥੇ। ਜਦੋਂ ਅਸੀਂ ਰੇਲਵੇ ਸਟੇਸ਼ਨ ਪਹੁੰਚੇ ਸੀ, ਉਸੇ ਟਾਈਮ 'ਤੇ ਬੰਬਾਰਡਿੰਗ ਸ਼ੁਰੂ ਹੋਈ, ਜਿਹੜੀ ਕਿ ਬਹੁਤ ਜ਼ਿਆਦਾ ਕਰੀਬ ਤੋਂ ਸੀ। ਇੰਨਾ ਵੱਡਾ ਰਿਸਕ ਲੈ ਕੇ ਅਸੀਂ ਸਟੇਸ਼ਨ ਤੋਂ ਨਿਕਲੇ ਸੀਗੇ ਕਿ ਐਟਲੀਸਟ ਅਸੀਂ ਖਾਰਕਿਵ ਤੋਂ ਬਾਹਰ ਜਾਈਏ। 15 ਕਿਲੋਮੀਟਰ ਕੇ ਰਾਸਤੇ ਮੇਂ ਵੀ ਬਹੁਤ ਜ਼ਿਆਦਾ ਬੌਮਬ ਸ਼ੈਲਿੰਗ ਹੋਈ, ਜਿਸਸੇ ਹਮੇਂ ਖੁਦ ਕੋ ਇਤਨਾ ਡਰ ਲੱਗ ਰਹਾ ਥਾ। ਪਰ ਇਸ ਲਈ ਹਮਾਰੀ ਇੰਡੀਅਨ ਗਵਰਨਮੈਂਟ ਸੇ ਇਹ ਅਪੀਲ ਹੈ ਕਿ ਪਲੀਜ਼ ਹਮੇਂ ਜਿਤਨੀ ਜਲਦੀ ਹੋ ਸਕੇ ਕਿਸੇ ਸੇਫ ਜਗ੍ਹਾ ਲਿਆ ਜਾ ਸਕੇ। ਸੇਫ ਜੋਨ ਨਹੀਂ ਹੈ ਇੱਥੇ ਵੀ, ਆਲ ਟਾਈਮ ਬੌਮਬਾਰਿੰਗ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਜਦੋਂ ਅਸੀਂ ਰਾਤ ਆਏ ਸੀ, ਅਸੀਂ ਕੋਸ਼ਿਸ਼ ਕਰ ਰਹੇ ਸੀ ਸੌਣ ਦੀ, ਬਟ ਸਾਨੂੰ ਬੰਬਾਰਡਿੰਗ ਦੀ ਆਵਾਜ਼ ਕਰਕੇ ਬਿਲਕੁਲ ਵੀ ਇੱਥੇ ਆਰਾਮਦਾਇਕ ਰੈਸਟ ਨਹੀਂ ਹੋ ਪਾਈ। ਹੁਣ ਪ੍ਰੈਜੈਂਟਲੀ ਸਾਡੇ ਮੋਰ ਦੈਨ 1000 ਬੱਚੇ ਨੇ ਇੱਥੇ, ਮੋਰ ਦੈਨ ਜਿਹੜੇ ਕਿ ਇੰਜਰਡ ਵੀ ਨੇ, ਬਹੁਤ ਜ਼ਿਆਦਾ ਥੱਕੇ ਹੋਏ ਨੇ, ਹਰ ਇੱਕ ਬਹੁਤ ਜ਼ਿਆਦਾ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਕੁਝ ਬੱਚਿਆਂ ਦੀ ਸਵੇਰ ਤੋਂ ਵੋਮਿਟਿੰਗ, ਕੁਝ ਬੱਚਿਆਂ ਦੇ ਪੈਰ 'ਤੇ ਇੰਨੀਆਂ ਸੱਟਾਂ ਲੱਗੀਆਂ, ਕਿਉਂਕਿ ਮੋਰ ਦੈਨ ਪਹਿਲਾਂ 8 ਕਿਲੋਮੀਟਰ ਫਿਰ 15, ਬਹੁਤ ਜ਼ਿਆਦਾ ਬੱਚੇ ਚੱਲ ਕੇ ਆਏ ਨੇ। ਐਂਡ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਛੇਤੀ ਤੋਂ ਛੇਤੀ ਨੀਅਰੈਸਟ ਬਾਰਡਰਸ ਤੋਂ ਇਵੈਕੂਏਟ ਕੀਤਾ ਜਾਏ, ਰਸ਼ੀਅਨ ਬਾਰਡਰ ਤੋਂ ਇਵੈਕੂਏਟ ਕੀਤਾ ਜਾਏ, ਮੋਸਕੋ ਬਾਰਡਰ ਤੋਂ ਇਵੈਕੂਏਟ ਕੀਤਾ ਜਾਏ, ਐਂਡ ਪਲੀਜ਼ ਕੋਈ ਟਰਾਂਸਪੋਰਟ ਦੇ ਥਰੂ ਕੀਤਾ ਜਾਏ, ਕਿਉਂਕਿ ਇੰਨਾ ਤੁਰਨਾ ਇਜ਼ ਇੰਪੋਸੀਬਲ। ਅਸੀਂ ਇੰਨਾ ਤੁਰ ਕੇ ਆਏ ਹਾਂ ਅਤੇ ਸਾਰੇ ਬੱਚਿਆਂ ਦੀ ਕੰਡੀਸ਼ਨ ਡਾਊਨ ਹੋ ਚੁੱਕੀ ਆ, ਕਿਉਂਕਿ ਇੱਕ ਤਾਂ ਖਾਣਾ ਨਹੀਂ ਸੀ ਖਾਧਾ, ਦੂਸਰਾ ਅਸੀਂ ਬਹੁਤ ਜ਼ਿਆਦਾ ਵੀਕ ਫੀਲ ਕਰ ਰਹੇ ਹਾਂ। ਸਾਨੂੰ ਰਸ਼ੀਅਨ ਬਾਰਡਰ ਤੋਂ ਇਵੈਕੂਏਟ ਕੀਤਾ ਜਾਏ, ਤਾਂ ਕਿ ਇਹ ਨਹੀਂ ਕਿ ਅਸੀਂ ਇੰਡੀਆ ਜਾਣਾ ਚਾਹੁੰਦੇ ਹਾਂ, ਬਟ ਸਾਨੂੰ ਕਿਸੇ ਸੇਫੈਸਟ ਜਗ੍ਹਾ 'ਤੇ ਲੈ ਕੇ ਜਾਓ, ਤਾਂ ਕਿ ਅਸੀਂ ਉੱਥੋਂ ਬਾਅਦ 'ਚੋਂ ਇੰਡੀਆ ਵੱਲ ਟਰੈਵਲ ਕਰ ਸਕੀਏ। ਅਸੀਂ ਯੂਕਰੇਨ ਤੋਂ ਨਿਕਲਣਾ ਚਾਹੁੰਦੇ ਹਾਂ ਕਿਸੇ ਤਰੀਕੇ ਨਾਲ। ਹਰ ਟਾਈਮ ਬੰਬਾਰਡਿੰਗ ਦੀ ਆਵਾਜ਼ ਸੁਣ ਕੇ ਅਸੀਂ ਇੱਕ ਆਪਣੇ ਆਪ 'ਚ ਬਹੁਤ ਡਰ ਪੈਦਾ ਹੋ ਚੁੱਕਿਆ ਸਾਡੇ ਅੰਦਰ। ਬੱਚਿਆਂ 'ਚ ਪੈਨਿਕ ਬਹੁਤ ਜ਼ਿਆਦਾ ਵੱਧਦਾ ਜਾਂਦਾ ਹੈਗਾ, ਬੱਚੇ ਬਹੁਤ ਪਰੇਸ਼ਾਨ ਨੇ ਇੱਥੋਂ ਦੇ। ਐਂਡ ਇੱਥੇ 2000 ਤੋਂ ਉੱਪਰ ਬੱਚਿਆਂ ਲਈ ਖਾਣਾ ਅਰੇਂਜ ਕਰਨਾ ਬਹੁਤ ਮੁਸ਼ਕਿਲ ਹੈ। ਇੱਕ ਦਿਨ ਮਿਲ ਸਕਦਾ, 2 ਦਿਨ ਮਿਲ ਸਕਦਾ, 3ਰੇ ਦਿਨ ਤੁਹਾਡਾ ਫੂਡ ਸਟਾਫ ਸਾਡਾ ਵੀ ਘੱਟ ਹੋ ਰਿਹਾ। ਸੋ ਸਾਡੀ ਇੰਡੀਅਨ ਗਵਰਨਮੈਂਟ ਨੂੰ, ਸਾਡੀ ਸਟੇਟ ਗਵਰਨਮੈਂਟ ਨੂੰ ਇਹੀ ਅਪੀਲ ਹੈ ਕਿ ਪਲੀਜ਼ 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 ਇਸ ਮੈਟਰ 'ਤੇ ਕੰਸਨਟ੍ਰੇਟ ਕੀਤਾ ਜਾਵੇ ਬਹੁਤ ਸਟ੍ਰਿਕਟਲੀ ਅਤੇ ਸੀਰੀਅਸਲੀ, ਤਾਂ ਕਿ ਅਸੀਂ ਇਸ ਜਗ੍ਹਾ ਤੋਂ ਛੇਤੀ ਨਿਕਲ ਸਕੀਏ। ਇੰਡੀਅਨ ਯੂਥ ਇੱਥੇ ਬੈਠਾ ਹੋਇਆ ਆ, ਤਾਂ ਕਿ ਕੱਲ੍ਹ ਨੂੰ ਅਸੀਂ ਇੰਡੀਆ ਜਾ ਕੇ ਐਟਲੀਸਟ ਸੇਫ ਤਾਂ ਹੋਈਏ। ਸੋ ਸਾਡੀ ਇਹੀ ਰਿਕੁਐਸਟ ਆ, ਸਾਨੂੰ ਛੇਤੀ ਤੋਂ ਛੇਤੀ ਇਵੈਕੂਏਟ ਕੀਤਾ ਜਾਏ, ਬਿਕੋਜ਼ ਇੱਥੇ ਰਹਿਣਾ ਬਹੁਤ ਡਿਫਿਕਲਟ ਹੈ। ਇੰਡੀਅਨ ਗਵਰਨਮੈਂਟ ਨੇ ਪਹਿਲਾਂ ਕਿਹਾ ਸੀਗਾ ਕਿ ਪੋਲੈਂਡ ਰੋਮਾਨੀਆ ਬਾਰਡਰ ਤੱਕ ਪਹੁੰਚੋ, ਅਸੀਂ ਉਹੀ ਉੱਥੇ ਹੀ ਪਹੁੰਚਣ ਲਈ ਅਸੀਂ ਕੱਲ੍ਹ ਨਿਕਲੇ ਸੀਗੇ, ਪਰ ਕੁਛ ਨਹੀਂ ਹੋ ਪਾਇਆ ਰਸਤੇ। ਸਾਨੂੰ ਕੋਈ ਟ੍ਰੇਨ ਨਹੀਂ ਮਿਲੀ ਅਤੇ ਬਹੁਤ ਜ਼ਿਆਦਾ ਰਿਸਕ ਲੈ ਕੇ ਅਸੀਂ ਬਾਹਰ ਨਿਕਲੇ, ਤਾਂ ਅਸੀਂ ਉਸ ਸਾਈਡ ਨਹੀਂ ਜਾ ਸਕਦੇ। ਬਹੁਤ ਬੱਚੇ ਨਹੀਂ ਚੜ੍ਹ ਸਕੇ, ਸਿਰਫ 10-20 ਤੋਂ ਇਲਾਵਾ ਸਾਰੇ ਦੇ ਸਾਰੇ ਇੰਡੀਅਨ ਸਟੂਡੈਂਟ ਨੇ ਸਾਡੇ ਨਾਲ ਐਸੇ ਬੰਕਰ 'ਚ ਲੁੱਕ ਰੱਖੇ। ਐਂਡ ਜਦੋਂ ਸਾਨੂੰ ਪੋਲੈਂਡ ਬਾਰਡਰ ਤੱਕ ਤਾਂ ਕਿਹਾ ਜਾ ਰਿਹਾ ਜਾਣ ਲਈ, ਬਟ ਸਾਡੇ ਤੋਂ ਪੋਲੈਂਡ ਬਾਰਡਰ ਬਹੁਤ ਦੂਰ ਆ, ਜਿਸ ਤਰ੍ਹਾਂ ਕਿ ਸਾਡੀ ਕੰਟਰੀ ਵਿੱਚ ਬੰਗਲਾਦੇਸ਼ ਐਂਡ ਪੰਜਾਬ ਦਾ ਡਿਸਟੈਂਸ ਆ, ਇੱਦਾਂ ਆ ਪੋਲੈਂਡ ਦਾ ਬਾਰਡਰ। ਸੋ ਇਹ ਇੰਪੋਸੀਬਲ ਆ, ਸਪੈਸ਼ਲੀ ਜਦੋਂ ਬੰਬਾਰਡਿੰਗ ਹੋ ਰਹੀ ਆ, ਤੁਹਾਨੂੰ ਏਅਰ ਸ਼ੈਲਿੰਗ ਹੁੰਦੀ ਪਈ ਆ, ਇਹ ਇੰਪੋਸੀਬਲ ਆ ਕਿ ਅਸੀਂ ਉੱਥੋਂ ਤੱਕ ਟਰੈਵਲ ਕਰ ਸਕੀਏ। ਕੋਈ ਟੈਕਸੀ ਨਹੀਂ ਆ, ਕੋਈ ਟਰਾਂਸਪੋਰਟ ਹੈ ਹੀ ਨਹੀਂ ਆ, ਐਂਡ ਬਿਨਾਂ ਖਾਧੇ ਇਹ ਚੀਜ਼ਾਂ ਇੰਨਾ ਟਰੈਵਲ ਕਰਨਾ ਇਹ ਇੰਪੋਸੀਬਲ ਆ। ਸੋ ਸਾਨੂੰ ਖਾਰਕਿਵ ਦੇ ਸਪੈਸ਼ਲੀ ਖਾਰਕਿਵ ਅਤੇ ਸੂਮੀ ਜਿਹੜੇ ਸਟੂਡੈਂਟਸ ਫਸੇ ਹੋਏ ਨੇ, ਅਜੇ ਪ੍ਰੈਜੈਂਟਲੀ ਸਭ ਬੱਚੇ ਨਹੀਂ ਇੱਥੇ ਆ ਚੁੱਕੇ, ਸਾਰੇ ਬੱਚੇ ਅਜੇ ਅੱਧੇ ਬੱਚੇ ਮੈਟਰੋ ਸਟੇਸ਼ਨ ਨੇ, ਸੂਮੀ ਵਿੱਚ ਜਿਹੜੇ ਬੱਚੇ ਫਸੇ ਹੋਏ ਨੇ, ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਇਵੈਕੂਏਟ ਕੀਤਾ ਜਾਏ,
एक इंडियन स्टूडेंट की भी डैथ हो गया खारकिव दे विच, जिहड़ा कि साढ़े यूनिवर्सिटी का बच्चा सी, फोर्थ ईयर का स्टूडेंट सी ओ। तां असीं चाहुंदे हां कि सानूं छेती तो छेती इवैकुएट किया जाए इत्थों। थैंक यू।